हाँ जी बाबा जी, हुण शुरू करो अपनी गल जिहड़ी तुसीं सुणाउण लगे सी। गल सुनी सुनाई आ, हैगी सच्ची। ये जिहड़ा लाठियां वाला एक पहला बनया, दूआ बाद च बनया। जिहड़े अंग्रेज ने बार आवाज कीती आ, असी भी संभाला देखे, साढ़े कोल सामने बनी आ समझौती च। जो भी अंग्रेज सीगा, मियाँ बीबी दो आउंदे हुंदे सी, चौनी साढ़े कोल सीगी, देखिया सी। जंग साहब कहिंदे उहदा नां था। वो किसी तरह डिग के उहदी जिहड़ी बेगम आ उहदा चूड़ा निकल गया। अच्छा, ये मशहूर गल मेरी नहीं, आम हूँ भी मशहूर आते, दुनिया तो है ही नहीं। जे कि लगता अंग्रेज अड़ी कर गया भी मैं हाथ नहीं लाने देना, इदा ही कोई बंदा सगा सबब रब वालों बन जाते। दर्ज मैं नाल हुंदा सी, तेनू पुछो भी की जमेगा तू, गल हों उसने आख्या भी 500 रुपया तेरा खर्चा होगा, चूल्हा चढ़ जाऊगा, हाथ में लो। दस भाई उन्हें घोड़ी लै ली 500 की, कोई नीम थै होगा, उच्च नीमे थै होंगे, पानी खड़ा सी वो चलो बैठे रहो। उस वेले कितने उच्चे थान नीवे भी होंगे, असि छप्पड़ कहते हैं, इधर डिग्गी कहते हैं बोली छप्पड़। वो मैम जो कित डिगी वह चूड़ा निकल गया, दूरों नेड़ों कित को बंदा लंबे और जंगली जिन्होंने कहते हैं, वो कह मैं हाथ नहीं लाने देना। इस जूझ जिस वेले से आया, वो एक बंदे ने कहा भी इदा खर्चा तेरा 500 मंगया, उन दे तो उन 500 की घोड़ी दे दी। तैं तकिया हो या फिर घोड़ी चढ़ के तकिया होगा, इत्थे आण के लाठियां वाले घोड़ी नूं लूण ही 2-3 सिर दे दिता। हुण ते लगनी सी उहदे तर्ज, मैं ना गल कीती वी इह गल कहो, आपे चक के घोड़ी दे उत्ते बहाल ला। उह गल वी दूसरे बंदे नहीं हाथ लाउण देना, बहाल बहाल। जिदां भुख ते लगदी आ फिर पेट घट जांदा ना। दर्ज मैं समझाया भी इन्हें यह गल कहो, थले उतर के दोए पैर फड़ के आसरा बनते थले लौक रहे हैं तो बन देते। इधरों चाहे इधरों दर्ज मैं ना घोड़ी की बाल फड़ ली, अंग्रेज ने कहा भी इन फड़ के रख, वो मेम कोड़ी बिच बढ़ गए, वो पानी पीवे फिर होलका मार के गांह तोरे, वो फिर पानी पीवे, अखीर वह पेट जोड़ा वो जिदा हवा टैल भरी गई वो फिट हो गया। जोड़ जिस वेले
ਅਲੈਦਾ ਆਉਂਦਾ ਉਸਲੇ 'ਚ ਗਏ ਨਾ, ਜਿਹਦਾ ਮੋੜ ਕੇ ਬਹਾਲੀ ਨਾ ਤਕਲੀਫ ਉਸਲੇ ਵੀ ਉਨੀ ਹੁੰਦੀ। ਉਹ ਜਿਹਦਾ ਫਿੱਟ ਹੋਣ ਲੱਗਾ ਤਾਂ ਉਹ ਬੇਗਮ ਉਹਦੀ ਆਪਣੀ ਬੋਲੀ ਨਾਲ ਰਹਿੰਦੀ ਤਕਲੀਫ ਆ। ਉਹਨੂੰ ਮੋਹਰੇ ਹੋਲਕਾ ਮਾਰਿਆ ਘੋੜੀ ਨੂੰ ਗਾਂ ਖਿੱਚੀ, ਉਹ ਝਟਕਾ ਲੱਗਾ ਪਾਣੀ ਜਿਹੜਾ, ਉਹ ਵੀ ਹਵਾ ਹੀ ਬਣੀ ਹੋਈ ਸੀ ਨਾ ਉਸਦੇ, ਉਹਦੇ ਬੰਦੇ ਨੂੰ ਇਸ ਤਰ੍ਹਾਂ ਕਸ਼ਿਸ਼ ਜਿਹੀ ਹੋਈ, ਉਹ ਚੂੜਾ ਪੈ ਗਿਆ। ਇਹ ਅੰਗਰੇਜ਼ ਨੇ ਇਨਾਮ ਦਿੱਤਾ ਸੀ ਲਾਠੀਆਂ ਵਾਲੇ। ਅੱਛਾ, ਮੈਂ ਜਾਣੀ ਮੁੜ ਦੀ ਗੱਲ ਸੁਣ ਸੁਣਾਈ ਜਿੱਦਾਂ ਮੈਂ ਸੁਣੀ ਹੋਈ ਹਾਂ। ਕਿਉਂ ਲਾਠੀਆਂ ਵਾਲਾ ਮੇਰੇ ਦਾਦਕੇ ਦੇ ਪਿੰਡ ਦੇ ਕੋਲ ਆ, ਸਾਨੂੰ ਲਾਠੀਆਂ ਵਾਲੇ ਦਾ ਪੁਰਾਣਾ ਪਤਾ। ਚੂੜਾ ਪੈ ਗਿਆ, ਨਹੀਂ ਹੱਥ ਲਾਇਆ, ਸ਼ਰਤ ਪੂਰੀ ਹੋ ਗਈ ਦਿੱਤਾ। ਉਹਨ ਫਿਰ 5 ਮਰਬੇ ਇਨਾਮ ਦਿੱਤੇ ਹੋਏ ਆ। ਉਹ ਖਾਨਦਾਨ ਅਜੇ ਵੀ ਇੱਥੇ ਡਾਕਟਰੀ ਉਹ ਕਰਦਾ, ਲਾਲਚ ਨੂੰ ਕਰਦਾ, ਕੁਛ ਵੀ ਕਰਦਾ। ਮੈਂ ਉਹਦੇ ਕੋਲ ਜਾਂਦਾ ਰਿਹਾ, ਜਿਹੜਾ ਸੁਦੀਕ ਬੱਚਾ ਮੇਰਾ ਫੌਤ ਹੋਇਆ, ਇੱਥੇ ਪਹਿਲੀ ਬੱਚਾ ਉਹ ਵੀ ਫੌਤ ਹੋਇਆ ਸੀ। ਉਹ ਬਿਮਾਰ ਸੀ ਤਾਂ ਅਸੀਂ ਦੋਏ ਜੀ ਜਾਂਦੇ ਹੁੰਦੇ ਸੀ ਉਹਦੇ ਕੋਲ, ਉਹਦੀਆਂ 4 ਬੱਚੀਆਂ ਸੀ, ਚਾਰੇ ਵਿਆਹੀਆਂ ਸ਼ਰਤ ਨਾਲ, ਮੈਂ ਤੋਂ ਨਹੀਂ ਕੋਈ ਵੀ ਨਹੀਂ। ਅੱਛਾ, ਨਹੀਂ ਇੱਥੇ ਰੱਖੀਆਂ, ਜਵਾਈ ਬਣਾਇਆ। ਹਾਂ, ਅਲੱਗ ਹਰ ਚੀਜ਼ ਅਲੱਗ ਕਰ ਦਿੱਤੀ, ਤਫਤੀਸ਼ ਆਪ ਕੰਮ ਕਰਨੀ ਆ ਅਤੇ ਕੁੜੀਆਂ ਨੇ ਬਣਾਉਣੀ। ਮੈਂ ਆਪ ਮੌਕਾ ਦੇਖਿਆ, 3-4 ਵਾਰੀ ਗਏ ਸੀ। ਅੱਛਾ, ਇਹ ਉਸ ਵਕਤ ਤੋਂ ਲਾਠੀਆਂ ਵਾਲਾ ਮਸ਼ਹੂਰ, ਦੂਆ ਜਿਹੜਾ ਸਿੱਖਣ ਵਾਲਾ ਇਹ ਤਾਂ ਫਿਰ ਬਾਅਦ 'ਚੋਂ ਬਾਅਦ ਹੋਇਆ। ਚਲੋ ਹੁਣ ਕੋਈ ਹੋਰ ਗੱਲ ਬਦਲ, ਉਹੀ ਗੱਲ ਸੁਣਾਓ ਕੰਜਰ ਬਣਾ ਦੀ। ਕੋਈ 15 ਕੁ ਮਿੰਟ ਪਹਿਲੇ ਚ ਮੇਰੇ ਕੋਲ ਮੈਂ ਫਿਰ ਸੀ, ਉਹ 4 ਚੋਂ 2 ਬੰਦੇ ਆ ਮਾਸਟਰ ਦਾ ਸਾਈਜ਼ ਇੱਥੇ, ਇਹ 15 ਦਾ ਆ, ਇਹਦੇ ਜਾਣੋ ਤੇ ਇਹਨੂੰ ਮਿਲਣ ਆਇਆ, ਉਹ ਨਾਲ ਲੈ ਕੇ ਇੱਥੇ ਮੇਰੇ ਕੋਲ ਆ ਗਿਆ। ਉਹ ਬੈਠੇ ਇੱਦਾਂ ਗੱਲਾਂ ਕਰਦੇ ਆ। ਅੱਛਾ, ਸਿਆਣੀ ਉਮਰ 'ਚ ਦਾੜੀ ਅੱਡ ਅੱਡੀ ਇੰਨੀ ਲੰਮੀ ਉਹਦੀ, ਉਹ ਗੱਲਾਂ ਬਾਤਾਂ ਲੱਗਾ ਕਰਨ। ਬਾਜਾ ਬੰਦੇ ਦਾ ਐਸਾ ਸਰੂਰ ਹੁੰਦਾ ਜੋ ਜੇ ਝੂਠ ਵੀ ਬੋਲਦਾ ਹੋਵੇ ਤਾਂ ਸੋਹਣਾ ਲੱਗਦਾ। ਇੱਕ ਐਸੇ ਬੰਦੇ ਦਾ ਜਿਹਨ ਐਸਾ ਹੁੰਦਾ, ਉਹ ਮੈਂ ਕਹਿ ਨਹੀਂ ਸਕਦਾ, ਜੇ ਕਲਮਾ ਵੀ ਪੜ੍ਹੇ ਤਾਂ ਉਹ ਬੁਰਾ ਲੱਗਦਾ। ਆਪਾਂ ਉਹਦੀ ਦਾੜੀ ਐਡੀ ਐਡੀ, 2 ਜਣੇ ਸੀਗੇ। ਲਓ ਜੀ, ਉਹ ਮਾਸਟਰ ਕਹਿੰਦਾ ਵੀ ਤੁਸੀਂ ਕਹਿੰਦੇ ਮੇਰੀ ਉਮਰ ਬਹੁਤ ਆ, ਵੀ ਆਪਾਂ ਅੱਜ ਬੂਟੇ ਨਾਲ ਗੱਲ ਕਰੋ। ਉਹ ਇੱਦਾਂ ਲੱਗਾ ਮੈਂ ਤਾਂ ਜਾ ਆਇਆ ਉਹਦੀ ਪਾਜੀ ਕਰਦਾ, ਮੈਂ ਉਹਨੂੰ ਕਹਿੰਦਾ ਮੈਂ ਕਿਹਾ ਇੱਦਾਂ ਨਾ ਕਰ ਮੌਲਨ ਸਾਹਿਬ, ਮੈਂ ਉਹਦਾ ਪਿੰਡ ਵੀ ਪੁੱਛਿਆ ਦੱਸਿਆ ਉਸਨੂੰ, ਮੈਂ ਕਿਹਾ ਗੱਲ ਦੱਸੋ ਵੀ ਜ਼ਮਾਨਾ ਕਦੋਂ ਬਦਲਿਆ ਸੀ। ਕਹਿੰਦਾ ਸਾਨੂੰ ਵੀ ਪਤਾ ਬਦਲਿਆ ਹੋਊਗਾ, ਫਿਰ ਮੇਰੀ ਗੱਲ ਦਾ ਜਵਾਬ ਤਾਂ ਨਾ ਹੋਇਆ। ਮੈਂ ਕਿਹਾ ਠੀਕ ਆ। ਉਹ ਮੈਂ ਕੋਈ ਗੱਲ ਕਰ ਬੈਠਾ ਬੇਵਕੂਫ, ਮੈਂ ਕਲਮਾ ਤਾਂ ਨਹੀਂ, ਸਾਡੇ ਕੋਲ ਸ਼ੇਰ ਕਹਿੰਦਾ ਹੁੰਦਾ ਤਾਂ ਬਾਰੇ ਸ਼ਾਹ ਨੂੰ ਕਿਤਾਬ ਲਿਖੀ ਹੈ ਨਾ, ਉਹਦੇ 'ਚ ਕੋਈ ਲਿਖਿਆ ਹੋਊਗਾ, ਮੈਂ ਤਾਂ ਸੁਣੀਆਂ ਗੱਲਾਂ ਕਰਦਾ, ਦਾੜੀ ਦੇ ਮੁਤਾਲਕ ਉਹ ਤੈਨੂੰ ਕੋਈ ਸ਼ੇਰ ਲਿਖਿਆ, ਦਾੜੀਆਂ ਇੱਕ ਝਾੜੀਆਂ ਇੱਕ ਲਾ ਮੌਤਾਂ ਸਾੜੀਆਂ, ਖੂਬ ਗੱਲ ਜਾਣ ਲਿਖਿਆ। ਇਹ ਬਾਈ ਦੇ ਵਿੱਚ ਮੈਂ ਰਿਹਾ, ਉਹ ਇੱਕ ਬੰਦੇ ਦੇ ਦਾੜੀ ਸੀ, ਦੂਆ ਬੰਦਾ ਮਖਾਉਂਦਿਆ ਸੀ, ਉਹ ਸ਼ੇਰ ਕਹਿੰਦਾ ਸੀ, ਜਾਣ ਕੇ ਕਿਹਾ ਕਰੇ ਉਹ ਸਿਆਰਪੇ ਦੇ ਸੁਣਦੇ ਸੀ। ਹੁਣ ਇਹ ਕਹਿੰਦੇ ਵੀ ਦਾੜੀ ਜਿਹੜੀ ਹੈ ਤੁਹਾਨੂੰ ਤਿਆ। ਅੱਛਾ, ਤਾਂ ਅਸੀਂ ਰਲਵੀਂ ਕੌਮ ਸੀ, ਅਸੀਂ ਤਾਂ ਮਨਾ ਕੇ ਫੇਰ ਰੱਖੀ ਹੋਊਗੀ, ਫਿਰ ਸਾਂਭੀ ਹੋਊਗੀ। ਸਿੱਖਾਂ ਦੇ ਜਿਹੜਾ ਬਾਲ ਜੰਮ ਪਿਆ ਉਹ ਨਹੀਂ ਪੱਟੀ ਤਾਂ ਫਿਰ ਤੁਹਾਨੂੰ ਤਾਂ ਸਾਰੀ ਹੋਰ ਲੈ। ਇਹ ਮਖੌਲ ਹੁੰਦਾ ਸੀ ਸਾਡੇ, ਸੋਹਣੀ ਕਦੇ ਬਣਾਈ ਜੇ ਦਾੜੀ ਹੈ ਤਾਂ।
ठीक है। गुर की गल कितों कितों लाई गई है हर साल मैं पैड़ा नू जमीन जिसले खुशाब खुली आ मेरे तो केस होया सा जमीन का मैंने जमीन मेरी मिलती नहीं सी इतने मैं गैर लाटी हो गया कागजा चेरे बड़ा चारा करा थोड़ा ही हट गया खुशाब खुली परची से 15 किले पर्ची तो भावें 2 मरले हो चाहे 2 मरबे हो मिलने 15 खेत 2 मेरिया भैन मेरे तो बड़िया सगिया उसने कानून चले आई आ मैं तहसीलदार से बयान दे के उन्होंने हिसाब अदा कर दिया नहीं जानते जानते इन्होंने लोगों का तो पेशा है ये गरीब कौम बिगड़ी हुई है मेरिया दोहां भैणां नूं इधर जमीन है ने सीगे मेरे तो दोए बड़ियां मैं उन्हां दे नां करा के अध उन्हां नूं गां अध करके उहदी उत्थे परची दित्ती दोए ने त्याग दित्ती 15-15 खेत मिलते लै लो मैं गैर लाटी के केस फसया नहीं की मेरे को भी गवाही आप ही नहीं चलो हूँ मैं तो त्याणी हक देता तो त्याणी ने कड़ा काम किया पता उन्हू जो कोलों कोई आदा गल कर करद्या मसले च गल आ गई बंदे भी 2 पिंड बैठे नबी की बेटी सी वो जी ऐसा हक मिले सा जी नबी ने दिता सी आह किया अच्छा मैं घर सुनना है पढ़ मेरे से फतवा नई मैं अबू बकर सदी कौन सी मैं क्या हजूर पाक तो पहले उन्हें पर्दा किया जो बाद चीता हूँ तो बाद चीता ना तुम भी पता मैं क्या दस मैं नबी ने 3 हिस्सा देता ठीक है जी बाग देता देता खोया कैन सी कबर थोड़े भी जेन च होगा जो ना होगी है अब बकर सदीक ने वो हाथ खोलिया पढ़ के सोच के देखो मैं तुम पढ़ा नहीं मैं सुनी गल गल करो खोल खोलिया सी ना हाँ हाँ अच्छा फिर ओद को मंगया कैन सी नहीं पता पता वा अच्छा चलो जानते हैं फिर की जवाब दिता उसने उन्होंने तो जो जवाब दिता से उन्होंने वो पसंद नहीं सी आया हजरत फातिमा ने दुबले नहीं पास आया दुबले नहीं आया जवाब तो दिता बीबी फातिमा जनते खून ने जी भी नाले से खड़े होके अपना हक मंगया मेरे पेदादे का हक में दिता अब बकर सदीक ने जवाब दिता नवियां बदियां की विरासत नहीं होती इदां हुई यही गल हुई ये गांह बदली नहीं तुरी नहीं तुसी गल कर लो नहीं मुक गई अच्छा गह इतने गल जितने मैं की थी आ गल पढ़ी क्यों गह तुरी ये हूँ आन के चिया का हक निकलिया मेरे संभाले च ही है नहीं सब इंतकाल क्यों होंगे थे मैं अपने घर की गल कर दू हूँ शरा हो अगे शरा जब ताजी गल होंगी उस वे कदर हों सारी याद होंगी पुराने हो के कई भुल जाती है ये पुराने हो के फिर चली है
चलो गल किधर दी किधर तुर पी, चलो ठीक है कर करो गल। नहीं देखो जी नबी पाक ने शरा हदायत जो भी की थी धी का हक बनाता सही है। मुड़ के खोया कि नहीं वो कौन सी वो छेड़ू बंदा तो नहीं जा हूँ तुम असल च ना मैं इन बंद करन लगा। अच्छा चलो कर लो।